ਜਦੋਂ ਨੇ ਸੱਤ ਅਪਰਾਧ ਪਹਿਲਾਂ ਕੀਤੇ ਸੀ ਜਿਹੜੇ ਪਹਿਲਾਂ ਬੰਦੇ ਮਾਰੇ ਹੋਏ ਸੀਗੇ ਉਦੋਂ ਖੁੱਲ੍ਹੇਆਮ ਘੁੰਮਦਾ ਸੀ ਖੁੱਲ੍ਹੇਆਮ ਘੁੰਮਿਆ ਸੀ ਉਦੋਂ ਪੁਲਿਸ ਨੂੰ ਲਿਬਰਟੀ ਕਿਉਂ ਦੇ ਰਹੀ ਸੀ ਉਹਨੂੰ ਸਾਰੀ ਆਜ਼ਾਦੀ ਪਹਿਲਾਂ ਕਿਉਂ ਸੀਗੀ ਪੁਲਿਸ ਨੇ ਇਹਦੇ ਵਿੱਚ ਇਹ ਦਿਖਾਇਆ ਵੀ ਜੋ ਤੁਸੀਂ ਕਰਨਾ ਦਾਦਾਗਿਰੀ ਕਰਨੀ ਹੈ ਤੁਸੀਂ ਜੋ ਕਰਨੀ ਸੂਬੇ 'ਚ ਕਰੋ ਪਰ ਸਾਨੂੰ ਕੁਛ ਨਹੀਂ ਕਹਿਣਾ ਸਾਨੂੰ ਕਰਕੇ ਤੁਹਾਡਾ ਹਸ਼ਰ ਇਹ ਹੋਊਗਾ ਇਹ ਸਭ ਸਿੱਖਿਆ ਦਿੱਤੀ ਗਈ ਹੈ ਇਹ 'ਚ ਕਾਨੂੰਨ ਦੀ ਪਾਲਣਾ ਨਹੀਂ ਹੋਈ ਹੈਗੀ ਇਹ 'ਚ ਇੱਕ ਫੇਕ ਇਨਕਾਊਂਟਰ ਆ ਗੱਲ ਚਾਹੇ ਬਦਮਾਸ਼ ਸੀ ਕੁਛ ਵੀ ਸੀਗਾ ਬਦਮਾਸ਼ ਬਣਾਇਆ ਤੁਸੀਂ ਬਣਾਇਆ ਨਾ ਸੱਤ ਕੇਸ ਕੀਤੇ ਸੀ ਉਹਨੇ ਪਹਿਲਾ ਅਪਰਾਧ ਕੀਤਾ ਤੁਹਾਨੂੰ ਉਦੋਂ ਸਖ਼ਤ ਦੇਣੀ ਚਾਹੀਦੀ ਸੀ ਤੁਹਾਨੂੰ ਇਮਾਨਤ ਸਾਰੀ ਉਹ ਕਹਿ ਰਹੇ ਨੇ ਪੁਲਿਸ ਦੇ ਬਹੁਤ ਸਾਰੇ ਅਧਿਕਾਰੀ ਅੱਜ ਕਹਿ ਰਹੇ ਨੇ ਕਿ ਉਹ ਜਿਹੜੇ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਬਚ ਜਾਂਦੇ ਨੇ ਅਪਰਾਧੀ ਫਿਰ ਤੁਸੀਂ ਫਿਰ ਕਾਨੂੰਨ ਕਦੇ ਵਾਸਤੇ ਬਣਾਇਆ ਹੋਇਆ ਦੇਸ਼ 'ਚ ਫਿਲਮਾਂ ਦੇ ਵਿੱਚ ਹੁੰਦਾ ਹੈ ਕਿ ਫਿਲਮਾਂ ਦੇ ਵਿੱਚ ਕਹਿੰਦੇ ਨੇ ਕਿ ਤੁਰੰਤ ਇਨਸਾਫ ਨਹੀਂ ਤਾਂ ਇਹ ਦਿਖਾਇਆ ਗਿਆ ਵੀ ਜੇ ਸਾਨੂੰ ਮਾਰੇਗਾ ਤੁਹਾਨੂੰ ਮਾਰਾਂਗੇ ਸੁਨੇਹਾ ਦਿੱਤਾ ਗਿਆ ਵੀ ਸਾਡੇ ਨਾਲ ਟੱਕਰੋਗੇ ਤਾਂ ਕੋਈ ਗੱਲ ਲੋਕਾਂ ਨੂੰ ਮਾਰਨਾ ਤਾਂ ਮਾਰੋ ਜਿਹੜੇ ਸੱਤ ਪਰਿਵਾਰ ਜਿਹੜੇ ਸੱਤ ਪਰਿਵਾਰ ਉਹ ਪੀੜਿਤ ਪਰਿਵਾਰ ਨੇ ਕਿ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਸੀ ਕਿ ਸਿਰਫ ਪੁਲਿਸ ਮੁਲਾਜ਼ਮਾਂ ਦੀ ਜਾਨ ਦੀ ਕੀਮਤ ਸੀ ਕੋਈ ਆਮ ਬੰਦਾ ਤੁਸੀਂ ਮੈਨੂੰ ਦੱਸੋ ਚਿੜੀ ਮਾਰ ਕੇ ਦਿਖਾਓ ਪੁਲਿਸ ਉਹਦਾ ਬੰਦਾ ਮਾਰਿਆ ਬਣਾ ਦਿੰਦੀ ਚਿੜੀ ਮਾਰੀ ਹੋਈ ਤਾਂ ਇੱਕ ਦੋ ਐਗਜ਼ਾਮਪਲ ਹੋਰ ਵੀ ਨੇ ਆਪਣੇ ਪਟਿਆਲਾ ਦੇ ਵਿੱਚ ਹੋਇਆ ਇੱਕ ਨਿਹੰਗ ਸਿੰਘ ਦੇ ਵੱਲੋਂ ਪੁਲਿਸ ਵਾਲੇ ਦਾ ਹੱਥ ਕੱਟਿਆ ਗਿਆ ਤੁਰੰਤ ਐਕਸ਼ਨ ਹੋਇਆ ਬਹੁਤ ਵੱਡਾ ਐਕਸ਼ਨ ਹੋਇਆ ਇੱਕ ਨੌਜਵਾਨ ਜਲੰਧਰ ਦਾ ਆਉਂਦਾ ਉਹ ਗੱਡੀ ਪੁਲਿਸ 'ਤੇ ਚੜਾਉਣ ਦੀ ਕੋਸ਼ਿਸ਼ ਕਰਦਾ ਉਹਦੇ 'ਤੇ ਵੀ 307 ਦਾ ਪਰਚਾ ਤੁਰੰਤ ਹੋ ਗਿਆ ਦੇਖੋ ਇਹ ਇੱਥੇ ਪੁਲਿਸ ਦੀ ਈਗੋ ਹਰਟ ਹੋਈ ਹੈ ਚਾਹੇ ਪਟਿਆਲੇ ਦਾ ਇੰਸੀਡੈਂਟ ਸੀ ਹੁਣ ਜਿਹੜਾ ਸਾਡਾ ਕਪੂਰਥਲੇ ਮੁੰਡਾ ਮਾਰਿਆ ਗਿਆ ਉਹਦੀ ਜਾਨ ਦੀ ਕੀ ਕੀਮਤ ਪੁਲਿਸ ਦਾ ਹੱਥ ਵੱਢਿਆ ਗਿਆ ਉਸਦੇ ਮੁੰਡੇ ਨੂੰ ਵੀ ਨੌਕਰੀ ਦਿੱਤੀ ਉਹਨੂੰ ਵੀ ਤਰੱਕੀ ਦੇ ਦਿੱਤੀ ਹੈਗੀ ਹੈ ਠੀਕ ਹੈ ਆਪਣੀ ਡਿਊਟੀ 'ਤੇ ਮਾਰਿਆ ਸੀਗਾ ਅਤੇ ਬਾਕੀ ਜਿਹੜਾ ਨਿਆਜ਼ ਮਾਰਿਆ ਗਿਆ ਬੰਦਾ ਤੁਸੀਂ ਨੌਜਵਾਨ ਲੜਕੇ ਨੂੰ ਗੋਲੀ ਮਾਰਤੀ ਹੈਗੀ ਹੈ ਦੇਖੋ ਇਹ ਦੇਸ਼ ਦੇ ਵਿੱਚ ਨਿਆਂ ਪ੍ਰਣਾਲੀ ਨਹੀਂ ਹੈਗੀ ਜੇ ਉਦੋਂ ਜਾਂਚ ਹੋਣੀ ਸੀਗੀ ਉਹਦੀ ਪੁੱਛਗਿੱਛ ਹੋਣੀ ਸੀਗੀ ਉਹ ਕੋਈ ਖੁਲਾਸੇ ਵੀ ਕਰ ਸਕਦਾ ਸੀਗਾ ਕਿਉਂਕਿ ਉਸਦੇ ਪਿੱਛੇ ਕਿਹੜੇ ਰਾਜਸੀ ਆਗੂਆਂ ਦਾ ਹੱਥ ਸੀਗਾ ਕਿਹੜੇ ਵੱਡੇ ਉੱਚ ਅਧਿਕਾਰੀਆਂ ਦਾ ਹੱਥ ਸੀਗਾ ਕਿ ਇੱਕ ਤਰ੍ਹਾਂ ਦੇ ਨਾਲ ਉਹ ਵੀ ਬਚਾ ਕੇ ਜਿਹੜੀ ਇਹਨਾਂ ਪੁਲਿਸ ਦੀ ਮਿਲੀ ਭੁਗਤ ਸੀਗੀ ਤਾਂ ਸੀਗੀ ਉਹਦੇ ਅਸੀਂ ਦੇਖ ਹੀ ਲਿਆ ਕਿਸ ਤਰ੍ਹਾਂ ਪੁਲਿਸ ਦੇ ਅਫਸਰ ਨਾਲ ਮਿਲੇ ਹੋਏ ਸੀ ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਆ ਇਹ ਸਾਰਾ ਦੇਖੋ ਇਹਨੂੰ ਜਨਮਦਾਤਾ ਇਹਦਾ ਮੈਂ ਇੱਕ ਮੰਨਦਾ ਸਾਡਾ ਪੁਲਿਸ ਸਿਸਟਮ ਸੀਗਾ ਇਹ ਜਨਮਦਾਤਾ ਇਹਦਾ ਅਤੇ ਨਾਲ ਸਾਡੀ ਇਹਨਾਂ ਦੀ ਪੋਲੀਟੀਕਲ ਸਪੋਰਟ ਸੀ ਇੱਥੇ ਬਹੁਤ ਸਾਰੇ ਲੋਕ ਰਾਜਦੀਪ ਜੀ ਇਸ ਗੱਲ ਨਾਲ ਵੀ ਸਹਿਮਤ ਹੈ ਕਿ ਕਿਉਂਕਿ ਕਾਨੂੰਨ ਦੇ ਵਿੱਚ ਜਿਹੜਾ ਇਹ ਇਨਸਾਫ ਦੇਰੀ ਨਾਲ ਮਿਲਦਾ ਉਹ ਕਹਿੰਦੇ ਨੇ ਕਿ ਕੁਖਿਆਤ ਜਿਹੜੇ ਇਸ ਤਰ੍ਹਾਂ ਦੇ ਗੈਂਗਸਟਰ ਹੈ ਉਹਨਾਂ ਦਾ ਹਸ਼ਰ ਇਹੀ ਹੋਣਾ ਚਾਹੀਦਾ ਇਹੀ ਥੋੜ੍ਹੀ ਆ ਯੂਪੀ 'ਚ ਤਾਂ ਕਿੰਨੇ ਬਾਬ ਸਭ ਨੂੰ ਮਾਰੋ ਫਿਰ ਲਿਆ ਸਤਿ ਸ਼੍ਰੀ ਅਕਾਲ ਜੀ ਮੈਂ ਰਣਵੀਰ ਸਿੰਘ ਰਾਣਾ ਅਤੇ ਗੈਂਗਸਟਰ ਵਿਕਾਸ ਦੂਬੇ ਜਿਸ 'ਤੇ 500,000 ਦਾ ਇਨਾਮ ਸੀ ਉਸ ਨੂੰ ਪੁਲਿਸ ਇਨਕਾਊਂਟਰ ਦੇ ਵਿੱਚ ਮਾਰ ਗਿਰਾਇਆ ਗਿਆ ਦਰਅਸਲ ਮੱਧ ਪ੍ਰਦੇਸ਼ ਤੋਂ ਜਦੋਂ ਉਜੈਨ ਦੇ ਮਹਾਕਾਲ ਮੰਦਿਰ ਤੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਪੁੱਛਗਿੱਛ ਕੀਤੀ ਗਈ ਫਿਰ ਯੂਪੀ ਐਸਟੀਐਫ ਨੂੰ ਸੌਂਪਿਆ ਗਿਆ ਤਾਂ ਜਦੋਂ ਯੂਪੀ ਐਸਟੀਐਫ ਦੀ ਟੀਮ ਉਸਨੂੰ ਵਾਪਸ ਲੈ ਕੇ ਆ ਰਹੀ ਸੀ ਕਾਨਪੁਰ ਦੇ ਜਦੋਂ 17 ਕਿਲੋਮੀਟਰ ਪਿੱਛੇ ਸੀਗੇ ਤਾਂ ਕਿਹਾ ਇਹ ਗਿਆ ਕਿ ਪੁਲਿਸ ਦੀ ਗੱਡੀ ਜਿਸ ਦੇ ਵਿੱਚ ਲਿਆਂਦਾ ਜਾ ਰਿਹਾ ਸੀ ਉਸਦਾ ਐਕਸੀਡੈਂਟ ਹੋ ਗਿਆ ਅਤੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਕਾਸ ਦੂਬੇ 'ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਗੋਲੀਆਂ ਲੱਗੀਆਂ ਅਤੇ ਉਸਦੀ ਮੌਤ ਹੋ ਗਈ ਇਸੇ 'ਤੇ ਗੱਲਬਾਤ ਕਰਾਂਗੇ ਚੀਫ ਐਡੀਟਰ ਰਾਜਦੀਪ ਬੈਨੀਪਾਲ ਸਾਡੇ ਨਾਲ ਨੇ ਰਾਜਦੀਪ ਜੀ ਇਨਕਾਊਂਟਰ ਹੁੰਦੇ ਨੇ ਪਰ ਬਹੁਤ ਵਾਰ ਪੁਲਿਸ 'ਤੇ ਇਹ ਇਲਜ਼ਾਮ ਲੱਗਦੇ ਨੇ ਕਿ ਫੇਕ ਇਨਕਾਊਂਟਰ ਹੈ ਗੱਲ ਚਾਹੇ ਪੰਜਾਬ ਪੁਲਿਸ ਦੀ ਹੋਵੇ ਜਾਂ ਚਾਹੇ ਗੁਜਰਾਤ ਦੀ ਹੋਵੇ ਜਾਂ ਯੂਪੀ ਦੀ ਹੋਵੇ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਆਇਆ ਅਤੇ ਹੁਣ ਇੱਕ ਵਾਰ ਫਿਰ ਸਵਾਲ ਉੱਠ ਰਹੇ ਨੇ ਕਿ ਵਾਕਈ ਇਨਕਾਊਂਟਰ ਵਿਕਾਸ ਦੂਬੇ ਦਾ ਹੋਇਆ ਵਿਕਾਸ ਦੂਬੇ ਦਾ ਇਨਕਾਊਂਟਰ ਦੀ ਸਾਰਾ ਦੇਸ਼ ਗੱਲ ਕਰ ਰਿਹਾ ਹੈ ਜੀ ਉਹਦਾ ਕਾਰਨ ਦੇਖੋ ਮੈਂ ਸਵੇਰੇ ਯੂਪੀ ਦੇ ਇੱਕ ਸਾਬਕਾ ਡੀਜੀਪੀ ਸਾਹਿਬ ਦੇ ਇੰਟਰਵਿਊ ਸੁਣ ਰਿਹਾ ਸੀਗਾ ਉਹ ਕਹਿੰਦੇ ਮੀਡੀਆ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਵੀ ਉਹਦੇ 60 ਕ੍ਰਿਮੀਨਲ ਕੇਸ ਸੀ ਵੀ ਗੱਲ ਇੱਥੇ ਇਹ ਸੀਗੀ ਵੀ ਵਿਕਾਸ ਦੂਬੇ ਦਾ ਇਨਕਾਊਂਟਰ ਕਿਉਂ ਕੀਤਾ ਗਿਆ ਸਭ ਨੂੰ ਕੱਲ੍ਹ ਪਤਾ ਸੀ ਸ਼ਾਮ ਨੂੰ ਮੈਂ ਜਦ ਰਾਤ ਪਕੜਿਆ ਗਿਆ ਨਾ ਤਾਂ ਆਪਣੇ ਮਨ ਸੋਚਿਆ ਸੀ ਤਾਂ ਸਵੇਰੇ ਇਨਕਾਊਂਟਰ ਹੋ ਜਾਣਾ ਉਹ ਪਤਾ ਸੀ ਮੈਨੂੰ ਇਹ ਇੱਥੇ ਪੁਲਿਸ ਦੀ ਈਗੋ ਆ ਗਈ ਇੱਥੇ ਦੇਖੋ ਜੇ 60 ਤੁਸੀਂ ਪੁਲਿਸ ਦੀ ਜੇ ਕਾ ਇੱਥੇ ਪੁਲਿਸ ਦੀ ਕਾਰਗੁਜ਼ਾਰੀ ਦੇ ਸਵਾਲ ਖੜ੍ਹੇ ਹੁੰਦੇ ਆ ਵੀ ਦੇਸ਼ ਦੇ ਵਿੱਚ ਨਿਆਂ ਕਾਨੂੰਨ ਦੀ ਪ੍ਰਣਾਲੀ ਕਿਸ ਤਰ੍ਹਾਂ ਦੀ ਹੈਗੀ ਆ ਦੇਸ਼ ਦਾ ਲਾਅ ਐਂਡ ਆਰਡਰ ਕਿਸ ਤਰ੍ਹਾਂ ਦਾ ਹੈਗਾ ਜਦ ਪੁਲਿਸ ਵਾਲਿਆਂ 'ਤੇ ਹਮਲਾ ਹੋਇਆ ਪੁਲਿਸ ਵਾਲਿਆਂ ਦੀ ਹੱਤਿਆ ਹੋਈ ਤਾਂ ਪੁਲਿਸ ਨੇ ਸਾਰੇ ਕਾਨੂੰਨ ਛਿੱਕੇ ਟਾਂਕੇ ਨੂੰ ਗੋਲੀ ਮਾਰਤੀ ਜਦੋਂ ਉਹਨੇ ਸੱਤ ਅਪਰਾਧ ਪਹਿਲਾਂ ਕੀਤੇ ਸੀ ਜਿਹੜੇ ਪਹਿਲਾਂ ਬੰਦੇ ਮਾਰੇ ਹੋਏ ਸੀਗੇ ਉਦੋਂ ਖੁੱਲ੍ਹੇਆਮ ਘੁੰਮਦਾ ਸੀ ਖੁੱਲ੍ਹੇਆਮ ਘੁੰਮ ਰਿਹਾ ਸੀ ਉਦੋਂ ਪੁਲਿਸ ਨੂੰ ਲਿਬਰਟੀ ਕਿਉਂ ਦੇ ਰਹੀ ਸੀ ਉਹਨੂੰ ਸਾਰੀ ਆਜ਼ਾਦੀ ਪਹਿਲਾਂ ਕਿਉਂ ਸੀਗੀ ਪੁਲਿਸ ਨੇ ਇਹਦੇ ਵਿੱਚ ਇਹ ਦਿਖਾਇਆ ਵੀ ਜੋ ਤੁਸੀਂ ਕਰਨਾ ਦਾਦਾਗਿਰੀ ਕਰਨੀ ਹੈ ਤੁਸੀਂ ਜੋ ਕਰਨੀ ਸੂਬੇ 'ਚ ਕਰੋ ਪਰ ਸਾਨੂੰ ਕੁਛ ਨਹੀਂ ਕਹਿਣਾ ਸਾਨੂੰ ਕਰਕੇ ਤੁਹਾਡਾ ਹਸ਼ਰ ਇਹ ਹੋਊਗਾ ਇਹ 'ਚ ਸਿੱਖਿਆ ਦਿੱਤੀ ਗਈ ਆ ਇਹ 'ਚ ਕਾਨੂੰਨ ਦੀ ਪਾਲਣਾ ਨਹੀਂ ਹੋਈ ਹੈਗੀ ਇਹ 'ਚ ਇੱਕ ਫੇਕ ਇਨਕਾਊਂਟਰ ਆ ਇਹ ਸਾਰੇ ਹਿੰਦੁਸਤਾਨ ਨੂੰ ਪਤਾ ਗੱਲ ਇਹ ਹੈ ਵੀ ਦੇਖੋ ਜੇ ਪੁਲਿਸ ਇਹ ਕੰਮ ਕਰਦੀ ਆ ਤਾਂ ਫਿਰ ਤੁਸੀਂ ਨਿਆਂਪਾਲਕਾ ਕਿਉਂ ਬਣਾਈਆਂ ਹੋਈਆਂ ਨੇ ਤੁਹਾਡੇ ਦੇਸ਼ ਦੇ ਵਿੱਚ ਕੋਰਟਸ ਕਿਉਂ ਬਣਾਈਆਂ ਹੋਈਆਂ ਨੇ ਫਿਰ ਤਾਂ ਤੁਸੀਂ ਜੁਡੀਸ਼ਰੀ ਪਾਵਰ SHO ਦੇ ਦਿਓ ਜਿਹੜੀ ਸਜ਼ਾ ਹੋਇਆ ਕਰੋ ਉੱਥੇ ਬੁਲਾਉਣਗੇ ਦੇ ਦੇਣਗੇ ਅਤੇ ਇੱਥੇ ਪੁਲਿਸ ਕਹੀ ਜਿਹੜੇ ਪ੍ਰੋਸੈਸ ਲੰਬਾ ਫਿਰ ਆਮ ਜਨਤਾ ਲਈ ਪ੍ਰੋਸੈਸ ਲੰਬਾ ਨਹੀਂ ਹੈਗਾ ਜੀ ਇਹ ਦੇਖੋ ਇਹਦੇ ਵਿੱਚ ਮੈਂ ਤਾਂ ਇਹ ਮੰਨਦਾ ਹੈ
ਗੱਲ ਚਾਹੇ ਬਦਮਾਸ਼ ਸੀ ਕੁਛ ਵੀ ਸੀਗਾ ਬਦਮਾਸ਼ ਬਣਾਇਆ ਤੁਸੀਂ ਬਣਾਇਆ ਨਾ ਤੇ ਸੱਠ ਕੇਸ ਕੀਤੇ ਸੀ ਉਹਨੇ ਪਹਿਲਾਂ ਅਪਰਾਧ ਦਿੱਤਾ ਤੁਹਾਨੂੰ ਉਦੋਂ ਹੀ ਸਖ਼ਤ ਸਜ਼ਾ ਦੇਣੀ ਚਾਹੀਦੀ ਸੀਗੀ ਤੁਹਾਨੂੰ ਇਮਾਨਤ ਸਾਰੀ ਉਹ ਕਹਿ ਰਹੇ ਨੇ ਪੁਲਿਸ ਦੇ ਬਹੁਤ ਸਾਰੇ ਅਧਿਕਾਰੀ ਅੱਜ ਕਹਿ ਰਹੇ ਨੇ ਕਿ ਉਹ ਜਿਹੜੇ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਬਚ ਜਾਂਦੇ ਨੇ ਅਪਰਾਧੀ ਨਹੀਂ ਫਿਰ ਤੁਸੀਂ ਫਿਰ ਕਾਨੂੰਨ ਕਦੇ ਵਾਸਤੇ ਬਣਾਇਆ ਹੋਇਆ ਦੇਸ਼ 'ਚ ਜਦੋਂ ਪੁਲਿਸ ਹੀ ਮੰਨਦੀ ਪਈ ਹੈ ਫਿਰ ਇਹ ਕਾਨੂੰਨ ਸਿਰਫ ਆਮ ਬੰਦੇ ਵਾਸਤੇ ਆ ਕਿਉਂਕਿ ਇਹ ਫਿਲਮਾਂ ਦੇ ਵਿੱਚ ਹੁੰਦਾ ਹੈ ਕਿ ਫਿਲਮਾਂ ਦੇ ਵਿੱਚ ਕਹਿੰਦੇ ਨੇ ਕਿ ਤੁਰੰਤ ਇਨਸਾਫ ਨਹੀਂ ਤਾਂ ਇਹ ਦਿਖਾਇਆ ਗਿਆ ਵੀ ਜੇ ਸਾਨੂੰ ਮਾਰੇਗਾ ਤਾਂ ਤੁਹਾਨੂੰ ਮਾਰਾਂਗੇ ਬਾਕੀ ਬਾਹੂਬਲੀਆਂ ਨੂੰ ਇਹ ਇੱਕ ਮੈਂ ਲੱਗਦਾ ਵੀ ਮੈਸੇਜ ਸੁਨੇਹਾ ਦਿੱਤਾ ਗਿਆ ਵੀ ਸਾਡੇ ਨਾਲ ਟੱਕਰੋਗੇ ਤਾਂ ਕੋਈ ਗੱਲ ਲੋਕਾਂ ਨੂੰ ਮਾਰਨਾ ਤਾਂ ਮਾਰੋ ਜਿਹੜੇ ਸੱਠ ਪਰਿਵਾਰ ਜਿਹੜੇ ਸੱਠ ਪਰਿਵਾਰ ਉਹ ਪੀੜਿਤ ਪਰਿਵਾਰ ਨੇ ਕਿ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਸੀ ਕਿ ਸਿਰਫ ਪੁਲਿਸ ਮੁਲਾਜ਼ਮਾਂ ਦੀ ਜਾਨ ਦੀ ਕੀਮਤ ਸੀ ਸਾਰੇ ਫੇਕ ਐਨਕਾਊਂਟਰ ਬਣਾਏ ਗਏ ਇਹਦੇ ਵਿੱਚ ਬਹੁਤ ਸਾਰੇ ਲੋਕ ਇਹ ਗੱਲ ਵੀ ਕਹਿ ਰਹੇ ਨੇ ਕਿ ਇਹ ਅਪਰਾਧੀ ਸੀਗਾ ਅਪਰਾਧੀ ਨੂੰ ਇਸ ਤਰ੍ਹਾਂ ਨਿਪਟਣਾ ਚਾਹੀਦਾ ਮਤਲਬ ਕਾਨੂੰਨੀ ਪ੍ਰਕਿਰਿਆ ਉਹਨੂੰ ਲੱਗਦਾ ਕਿ ਜੇ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਸਾਡੇ ਦੇਸ਼ ਦੇ ਵਿੱਚ ਤਾਂ ਬਹੁਤ ਸਾਰੇ ਸਾਲ ਗੁਜ਼ਰ ਜਾਂਦੇ ਨੇ ਸਾਨੂੰ ਪਤਾ ਇਸ ਗੱਲ ਦਾ ਕਿ ਬਹੁਤ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੇ ਲੂਪ ਹੋਲਸ ਨੇ ਅਪਰਾਧੀ ਬਣਾਇਆ ਕਿਨੇ ਆ ਇਸੇ ਪੁਲਿਸ ਨੇ ਬਣਾਇਆ ਸੀ ਇਸ ਪੁਲਿਸ ਦੀ ਸ਼ਹਿਰ ਤੇ ਕੋਈ ਆਮ ਬੰਦਾ ਤੁਸੀਂ ਮੈਨੂੰ ਦੱਸੋ ਚਿੜੀ ਮਾਰ ਕੇ ਦਿਖਾਓ ਪੁਲਿਸ ਉਹਦਾ ਬੰਦਾ ਮਾਰਿਆ ਬਣਾ ਦਿੰਦੀ ਚਿੜੀ ਮਾਰੀ ਹੋਈ ਤਾਂ ਇਹਨੇ ਤਾਂ ਬੰਦੇ ਮਾਰੇ ਹੋਏ ਨੇ ਸ਼ਰੇਆਮ ਅੱਛਾ ਇੱਕ ਦੋ ਐਗਜ਼ਾਮਪਲ ਹੋਰ ਵੀ ਨੇ ਆਪਣੇ ਪਟਿਆਲਾ ਦੇ ਵਿੱਚ ਹੋਇਆ ਇੱਕ ਨਿਹੰਗ ਸਿੰਘ ਦੇ ਵੱਲੋਂ ਪੁਲਿਸ ਵਾਲੇ ਦਾ ਹੱਥ ਕੱਟਿਆ ਗਿਆ ਤੁਰੰਤ ਐਕਸ਼ਨ ਹੋਇਆ ਬਹੁਤ ਵੱਡਾ ਐਕਸ਼ਨ ਹੋਇਆ ਇੱਕ ਨੌਜਵਾਨ ਜਲੰਧਰ ਦਾ ਆਉਂਦਾ ਉਹ ਗੱਡੀ ਪੁਲਿਸ ਤੇ ਚੜਾਉਣ ਦੀ ਕੋਸ਼ਿਸ਼ ਕਰਦਾ ਉਹਦੇ ਤੇ ਵੀ 307 ਦਾ ਪਰਚਾ ਤੁਰੰਤ ਹੋ ਗਿਆ ਦੇਖੋ ਇਹ ਇੱਥੇ ਪੁਲਿਸ ਦੀ ਈਗੋ ਹਰਟ ਹੋਈ ਹੈ ਚਾਹੇ ਪਟਿਆਲੇ ਦਾ ਇੰਸੀਡੈਂਟ ਸੀ ਹੁਣ ਜਿਹੜਾ ਸੜਕ ਕਪੂਰਥਲੇ ਮੁੰਡਾ ਮਾਰਿਆ ਗਿਆ ਉਹਦੀ ਜਾਨ ਦੀ ਕੀ ਕੀਮਤ ਆ ਪੁਲਿਸ ਦਾ ਹੱਥ ਵੱਢਿਆ ਗਿਆ ਉਸਦੇ ਮੁੰਡੇ ਨੂੰ ਵੀ ਨੌਕਰੀ ਦਿੱਤੀ ਉਹਨੂੰ ਵੀ ਤਰੱਕੀ ਦੇ ਦਿੱਤੀ ਹੈਗੀ ਹੈ ਠੀਕ ਹੈ ਆਪਣੀ ਡਿਊਟੀ ਤੇ ਮਾਰਿਆ ਸੀਗਾ ਅਤੇ ਬਾਕੀ ਜਿਹੜਾ ਨਿਆਜ਼ ਮਾਰਿਆ ਗਿਆ ਬੰਦਾ ਤੁਸੀਂ ਨੌਜਵਾਨ ਲੜਕੇ ਨੂੰ ਗੋਲੀ ਮਾਰਤੀ ਹੈਗੀ ਹੈ ਦੇਖੋ ਇਹ ਦੇਸ਼ ਦੇ ਵਿੱਚ ਨਿਆਂ ਪ੍ਰਣਾਲੀ ਨਹੀਂ ਹੈਗੀ ਇਸ ਦੇਸ਼ ਦੇ ਵਿੱਚ ਸਿਆਸਤਦਾਨ ਅਤੇ ਸਾਡਾ ਪੁਲਿਸ ਤੰਤਰ ਇਹ ਮਿਲ ਕੇ ਇਸ ਦੇਸ਼ ਦੀ ਸੱਤਾ ਦੇ ਉੱਪਰ ਇਸ ਦੇਸ਼ ਨੂੰ ਕਾਨੂੰਨ ਮੁਤਾਬਕ ਦੇਖੋ ਇੱਕ ਸੀਐਮ ਮਾਣ ਕਰ ਰਿਹਾ ਵੀ ਮੈਂ ਬੰਦਾ ਮਾਰਤਾ ਜਾਂ ਬਦਮਾਸ਼ ਸੀਗਾ ਕੁਛ ਵੀ ਸੀਗਾ ਇਸ ਵਕਤ ਅਪਰਾਧੀ ਸੀ ਕਾਨੂੰਨ ਦਾ ਉਹਨੇ ਸਰੈਂਡਰ ਕੀਤਾ ਸੀਗਾ ਜੇ ਉਹਨੇ ਭੱਜਣਾ ਹੁੰਦਾ ਸਰੈਂਡਰ ਕਿਉਂ ਕਰਦਾ ਤੁਸੀਂ ਐਡਾ ਫੇਕ ਇਨਕਾਊਂਟਰ ਯਾਰ ਮਤਲਬ ਕਿ ਦੇਸ਼ ਦੀ ਹੁਣ ਕੋਰਟ ਨੂੰ ਸੁਮੋਟਾ ਨਹੀਂ ਕਰਦਾ ਇੱਕ ਗੱਲ ਰਾਜਦੀਪ ਜੀ ਦੇ ਵਿੱਚ ਇਹ ਵੀ ਗੱਲ ਸਾਹਮਣੇ ਆ ਗਈ ਕਿਉਂਕਿ ਮੀਡੀਆ ਦੀਆਂ ਗੱਡੀਆਂ ਨਾਲ ਨਾਲ ਚੱਲ ਰਹੀਆਂ ਸੀ ਪਿੱਛੇ ਰੁਕ ਗਏ ਵੀਡੀਓ ਵੀ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਉਹ ਗੱਡੀਆਂ ਨਾਲ ਨਾਲ ਜਾ ਰਹੀਆਂ ਦਿਖਾਇਆ ਜਾ ਰਿਹਾ ਹੈ ਇਹ ਪਲੈਨਿੰਗ ਪਹਿਲਾਂ ਹੀ ਸੀਗੀ ਗੱਲ ਤਾਂ ਇਹ ਵੀ ਇਹ ਸਾਰੇ ਘਟਨਾਕ੍ਰਮ ਦਾ ਅਸੀਂ ਤਾਂ ਵਿਚਾਰਦੇ ਪਏ ਹਾਂ ਅਸੀਂ ਕਿ ਵਿਕਾਸ ਦੁਬੇ ਦੇ ਹਮਾਇਤੀ ਨਹੀਂ ਹੈਗੇ ਅਸੀਂ ਹਮਾਇਤੀ ਹੈ ਜਿਹੜੇ ਆਮ ਲੋਕ ਮਾਰੇ ਗਏ ਸੀ ਉਹ ਪੁਲਿਸ ਦੀ ਮਿਲੀ ਭਗਤ ਨਾਲ ਉਹ ਇੱਕ ਗੈਂਗਸਟਰ ਬਣਿਆ ਠੀਕ ਹੈ ਐਡਾ ਵੱਡਾ ਉਹਨੇ ਆਪਣਾ ਤਾਜੋ ਤਖ਼ਤ ਬਣਾਇਆ ਉੱਥੇ ਸਾਰਾ ਕੀਤਾ ਬਾਹੂਬਲੀ ਬਣਿਆ ਹਲਕੇ ਦਾ ਅਤੇ ਅੱਜ ਇੱਕ ਪੁਲਿਸ ਵਾਲੇ ਨੂੰ ਤਾਂ ਆਂ ਚਾਹੀਦਾ ਤਾਂ ਤੁਸੀਂ ਉਹਦਾ ਪਰਿਵਾਰ ਫਰਕ ਫੂਕ ਕੇ ਰੱਖਤਾ ਜਿਹੜੇ ਇੰਨੇ ਲੋਕ ਮਰੇ ਸੀਗੇ ਉਦੋਂ ਤੁਹਾਡਾ ਲਾਅ ਐਂਡ ਆਰਡਰ ਕਿੱਥੇ ਗਿਆ ਹੋਇਆ ਸੀਗਾ ਉਦੋਂ ਸੂਬੇ ਦਾ ਮੁੱਖ ਮੰਤਰੀ ਕੀ ਕਰ ਰਿਹਾ ਸੀਗਾ ਅਤੇ ਉਦੋਂ ਮੈਂ ਇਹ ਗੱਲਾਂ ਵਿੱਚ ਜੁਡੀਸ਼ਲ ਸਿਸਟਮ ਹੁਣ ਕੀ ਕਰੂਗਾ ਬਸ ਗੱਲ ਤਾਂ ਇਹ ਆ ਕਿ ਸਾਡੇ ਸੁਪਰੀਮ ਕੋਰਟ ਮਾਨਯੋਗ ਜੱਜ ਸਾਹਿਬ ਨੂੰ ਚੀਫ ਜਸਟਿਸ ਨੇ ਸੁਮੋਟਾ ਲੈਣਾ ਚਾਹੀਦਾ ਇੱਥੇ ਬਿਲਕੁਲ ਲੈਣਾ ਚਾਹੀਦਾ ਫਿਰ ਜੇ ਨਿਆਂ ਜੇ ਤੁਸੀਂ ਇਹ ਕੁਛ ਕਰਨਾ ਹੈਗਾ ਜੇ ਫਿਰ ਪਾਵਰ ਨਾਲ ਪੁਲਿਸ ਨੂੰ ਦੇ ਦਿਓ ਅਤੇ ਨਿਆਂ ਪ੍ਰਣਾਲੀ ਬੰਦ ਕਰ ਦਿਓ ਕੀ ਜ਼ਰੂਰਤ ਨਹੀਂ ਸਾਨੂੰ ਕੀ ਜ਼ਰੂਰਤ ਆ ਜੀ ਨਿਆਂ ਪ੍ਰਣਾਲੀ ਅੱਛਾ ਇਹ ਤਾਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਬਹੁਤ ਸਾਰੀਆਂ ਫਿਲਮਾਂ ਆਈਆਂ ਬਦਲਾਪੁਰ ਵਰਗੀ ਫਿਲਮ ਆਈ ਹੋਰ ਬਹੁਤ ਸਾਰੀਆਂ ਫਿਲਮਾਂ ਆਈਆਂ ਜਿਸ ਦੇ ਵਿੱਚ ਸਿੰਘਮ ਵਰਗੀਆਂ ਫਿਲਮਾਂ ਆਈਆਂ ਜਿਹੜੇ ਇਸ ਤਰ੍ਹਾਂ ਦੀ ਕਹਾਣੀ ਦੱਸਦੀਆਂ ਨੇ ਕਿ ਤੁਰੰਤ ਜਿਹੜਾ ਉਹ ਇਨਕਾਊਂਟਰ ਕਰਕੇ ਉਹਨੂੰ ਸੁਸਾਈਡ ਬਣਾ ਦਿੱਤਾ ਜਾਂਦਾ ਹੈ ਮਤਲਬ ਅਸਲ ਜ਼ਿੰਦਗੀ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਹਕੀਕਤ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਚਾਹੇ ਹੈਦਰਾਬਾਦ ਦਾ ਇਨਕਾਊਂਟਰ ਹੋਵੇ ਅਤੇ ਚਾਹੇ ਇਹ ਇਨਕਾਊਂਟਰ ਜਿਹੜਾ ਹੁਣ ਤਾਜ਼ਾ ਇਨਕਾਊਂਟਰ ਹੋਇਆ ਦੇਖੋ ਇਹ ਜੋ ਵੀ ਹੋਇਆ ਇਹ ਹਿਊਮਨ ਰਾਈਟਸ ਦੀ ਦੇਸ਼ ਦੀ ਨਿਆਂ ਪ੍ਰਣਾਲੀ ਨਾਲ ਬਹੁਤ ਵੱਡਾ ਖਿਲਵਾੜ ਹੈ ਬਹੁਤ ਵੱਡਾ ਖਿਲਵਾੜ ਮੈਂ ਮੰਨਦਾ ਹੈਗਾ ਇਹ ਅਸੀਂ ਅੱਜ ਵਾਹਵਾ ਖੱਟ ਰਹੇ ਹਾਂ ਕੱਲ੍ਹ ਨੂੰ ਇਸੇ ਤਰ੍ਹਾਂ ਪੁਲਿਸ ਦੇ ਹੌਸਲੇ ਹੋਰ ਵਧਣਗੇ ਕੱਲ੍ਹ ਨੂੰ ਅੱਜ ਇਹ ਮਾਰਿਆ ਕੱਲ੍ਹ ਨੂੰ ਕਿਸੇ ਹੋਰ ਨੂੰ ਮਾਰਨਗੇ ਇਹਦੇ ਨਾਲ ਆਮ ਇਨਸਾਨ ਵੀ ਪੀੜਿਤ ਹੋ ਸਕਦਾ ਹੈਗਾ ਅੱਛਾ ਇਹਦੇ ਪਿੱਛੇ ਦੀ ਇੱਕ ਹੋਰ ਵੀ ਦੱਸਿਆ ਜਾ ਰਿਹਾ ਹੈ ਕਿ ਜੇ ਉਦੋਂ ਜਾਂਚ ਹੋਣੀ ਸੀਗੀ ਉਹਦੀ ਪੁੱਛਗਿੱਛ ਹੋਣੀ ਸੀਗੀ ਉਹ ਕੋਈ ਖੁਲਾਸੇ ਵੀ ਕਰ ਸਕਦਾ ਸੀਗਾ ਕਿਉਂਕਿ ਉਸਦੇ ਪਿੱਛੇ ਕਿਹੜੇ ਰਾਜਸੀ ਆਗੂਆਂ ਦਾ ਹੱਥ ਸੀਗਾ ਕਿਹੜੇ ਵੱਡੇ ਉੱਚ ਅਧਿਕਾਰੀਆਂ ਦਾ ਹੱਥ ਸੀਗਾ ਕਿ ਇੱਕ ਤਰ੍ਹਾਂ ਦੇ ਨਾਲ ਉਹ ਵੀ ਬਚਾ ਕੀਤਾ ਜਿਹੜੀ ਇਹਨਾਂ ਪੁਲਿਸ ਦੀ ਮਿਲੀ ਭੁਗਤ ਸੀਗੀ ਉਹ ਤਾਂ ਸੀਗੀ ਉਹਦੇ ਅਸੀਂ ਦੇਖ ਹੀ ਲਿਆ ਕਿਸ ਤਰ੍ਹਾਂ ਪੁਲਿਸ ਦੇ ਅਫਸਰ ਨਾਲ ਮਿਲੇ ਹੋਏ ਸੀ ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਆ ਇਹ ਸਾਰਾ ਦੇਖੋ ਇਹਨੂੰ ਜਨਮਦਾਤਾ ਇਹਦਾ ਮੈਂ ਇੱਕ ਮੰਨਦਾ ਸਾਡਾ ਪੁਲਿਸ ਸਿਸਟਮ ਸੀਗਾ ਇਹ ਜਨਮਦਾਤਾ ਇਹਦਾ ਅਤੇ ਨਾਲ ਸਾਡੀ ਇਹਨਾਂ ਦੀ ਪੋਲੀਟੀਕਲ ਸਪੋਰਟ ਸੀਗੀ ਇਹ ਦੋਨੋਂ ਚੀਜ਼ਾਂ ਮਿਲ ਕੇ ਆਹ ਕੁਝ ਹੋਇਆ ਇਹ ਇੱਕ ਮੈਂ ਕਹਿੰਦਾ ਹਾਈ ਪ੍ਰੋਫਾਈਲ ਮੈਟਰ ਬਣ ਚੁੱਕਿਆ ਸੀ ਜੇ ਕੋਈ ਆਮ ਇਨਸਾਨ ਮਰਿਆ ਹੁੰਦਾ ਨਾ ਯੂਪੀ 2000 ਬੰਦੇ ਲਾਸ਼ਾਂ ਪਈਆਂ ਹੁੰਦੀਆਂ ਪੁੱਛਦਾ ਉਹ ਨਹੀਂ ਕਿੱਥੇ ਗਿਆ ਹੈਗਾ ਸਾਡੇ ਹਰ ਸੂਬੇ ਦਾ ਹੀ ਹਾਲ ਇਹ ਤਾਂ ਸਵਾਲ ਜਿਹੜੀ ਵਿਚਾਰਨ ਵਾਲੀ ਗੱਲ ਹੈਗੀ ਆ ਵੀ ਇਹ ਸਵਾਲ ਨਿਆਂ ਪ੍ਰਣਾਲੀ ਵਰਸਿਸ ਪੁਲਿਸ ਹੈ ਵੀ ਕੀ ਪੁਲਿਸ ਜੋ ਦੇਸ਼ ਦਾ ਸੰਵਿਧਾਨ ਹੈ ਕੀ ਉਹਦੀ ਪਾਲਣਾ ਕਰ ਰਹੀ ਹੈ ਜਿਹਨੇ ਇਸ ਕਾਨੂੰਨ ਦੀ ਰਾਖੀ ਕਰਨੀ ਹੈ ਉਹੀ ਸ਼ਰਿਆ ਬੰਦੇ ਮਾਰ ਰਿਹਾ ਝੂਠੀਆਂ ਸਟੋਰੀਆਂ ਬਣਾ ਕੇ ਅਤੇ ਦੇਸ਼ ਵਿੱਚ ਕਿਤੇ ਵੀ ਆਵਾਜ਼ ਨਹੀਂ ਉੱਠ ਰਹੀ ਜੇ ਸਾਨੂੰ ਵਿਕਾਸ ਦੁਬੇ ਮਾਰਨਾ ਜ਼ਰੂਰੀ
अपनी जी पावर अपने असली बाहुबली बने हुए ਜਿਹਨਾਂ ਪੁੱਛਣ ਵਾਲੇ ਨਹੀਂ ਹੈਗਾ ਜੋ ਮਰਜ਼ੀ ਕਰੀ ਜਾਣ ਪਰ ਤੁਸੀਂ ਸਟੇਟ ਵੀ ਦੇਖੋ ਸਿੱਧੂ ਮੂਸੇ ਦੇ ਕੇਸ 'ਚ ਉਹਨਾਂ ਨੇ ਟੋਏ ਗਨ ਬਣਾਤੀ ਇਹ ਕਿੱਡਾ ਵੱਡਾ ਝੂਠ ਆ ਜੀ ਕਿ ਜਦੋਂ ਐਡਾ ਵੱਡਾ ਝੂਠ ਬੋਲਿਆ ਗਿਆ ਹੈਗਾ ਤੇ ਇਹਦੀ ਕੋਈ ਪੜਤਾਲ ਨਹੀਂ ਕਿਉਂ ਕੀਤੀ ਗਈ ਜੇ ਕਿਸੇ ਲਈ ਕਾਨੂੰਨ ਕਿਸ ਤਰ੍ਹਾਂ ਦੇਖੋ ਕਾਨੂੰਨ ਦੀ ਜਿਹੜੀ ਪੱਟੀ ਆ ਅੰਧੀ ਆ ਇਹ ਮੈਨੂੰ ਬਿਲਕੁਲ ਮੰਨਦਾ ਇਸ ਗੱਲ 'ਤੇ ਸਾਡਾ ਕਾਨੂੰਨ ਦੀ ਪ੍ਰਣਾਲੀ ਅੰਧੀ ਹੈਗੀ ਆ ਨਿਆਂ ਪ੍ਰਣਾਲੀ ਦੇ ਵਿੱਚ ਦੇਖ ਲਓ ਪੱਟੀ ਬੰਨਿਆ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸ਼ੁਰੂਆਤ ਦੇ ਵਿੱਚ ਕਿ ਬਹੁਤ ਸਾਰੇ ਸੈਸ਼ਨ ਕੋਰਟ ਨੇ ਡਿਸਟ੍ਰਿਕਟ ਕੋਰਟ ਨੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਜੱਜ ਸਾਹਿਬਾਨ ਨੇ ਜਸਟਿਸ ਨੇ ਬਹੁਤ ਕਰੋੜੀ ਬਜਟ ਹੈ ਗੱਡੀਆਂ ਨੇ ਕੋਠੀਆਂ ਨੇ ਕਾਰਾਂ ਨੇ ਗਨਮੈਨ ਨੇ ਨੌਕਰ ਨੇ ਸੇਵਾਦਾਰ ਨੇ ਬਹੁਤ ਵੱਡਾ ਤਾਮਝਾਮ ਹੈ ਅਤੇ ਅਸੀਂ ਫੋਰਥ ਪਿੱਲਰ ਵੀ ਮੰਨਦੇ ਹਾਂ ਜਿਹੜਾ ਜੁਡੀਸ਼ਰੀ ਆ ਨਿਆਂ ਪਾਲਿਕਾ ਇਹ ਕਿ ਰੱਬ ਮੰਨਿਆ ਜਾਂਦਾ ਸਾਡੇ ਦੇਸ਼ ਦੇ ਵਿੱਚ ਇਨਸਾਫ ਦੀ ਦੇਵੀ ਕਿਹਾ ਜਾਂਦਾ ਹੈ ਪਰ ਹਾਲਾਤ ਜਿਹੜੇ ਉਸ ਤਰ੍ਹਾਂ ਨਹੀਂ ਹੈਗੇ ਹੁਣ ਇਨਸਾਫ ਲੈਣ ਲਈ ਕਿਉਂ ਨਹੀਂ ਕੋਰਟ ਦੇ ਵਿੱਚ ਗਏ ਦੇਖੋ ਐਡਾ ਵੱਡਾ ਜੁਡੀਸ਼ਰੀ ਸਿਸਟਮ ਬਣਾਇਆ ਗਿਆ 500 ਕਰੋੜ ਰੁਪਏ ਸਾਲ ਦਾ ਖਰਚਾ ਇਹਦਾ ਸਰਕਾਰ ਦੇ 429 ਕਰੋੜ ਦਾ ਬਜਟ ਆ ਇਹਨਾਂ ਦੀ ਦੇਖ ਰੇਖ ਦਾ ਸਾਰੇ ਸਿਸਟਮ ਦਾ ਜੇ ਐਡਾ ਵੱਡਾ ਸਿਸਟਮ ਸੀ ਬਣਾਇਆ ਤਾਂ ਉਸ ਲਈ ਬਣਾਇਆ ਕਿ ਦੇਸ਼ ਦਾ ਸੰਵਿਧਾਨ ਬਣਾਇਆ ਗਿਆ ਉਹਦੀ ਪਾਲਣਾ ਦੇਸ਼ ਵਾਸੀਆਂ ਲਈ ਜਾਂ ਸਾਰੇ ਦੇਸ਼ ਦੀ ਸਮਾਜਿਕ ਸੁਰੱਖਿਆ ਲਈ ਇਹਦੀ ਪਾਲਣਾ ਕੀਤੀ ਜਾ ਸਕੇ ਇਹ ਇੱਕ ਅਲੱਗ ਮਤਲਬ ਤੁਸੀਂ ਕਹਿ ਲਓ ਲੌਬੀ ਬਣਾਈ ਗਈ ਹੈ ਇੱਕ ਜਿਹੜੀ ਕਾਨੂੰਨ ਦੀ ਲੌਬੀ ਹੈ ਅਤੇ ਇੱਕ ਅਲੱਗ ਜਮਾਤ ਹੈ ਉਹਨੂੰ ਛਿੱਕੇ ਟੰਗ ਕੇ ਉਹਦੀ ਕੋਈ ਪਰਵਾਹ ਕੀਤੇ ਬਿਨਾਂ ਅਤੇ ਪੁਲਿਸ ਦੇਸ਼ ਵਿੱਚ ਰਾਜ ਪੁਲਿਸ ਅਸਲ 'ਚ ਇਹ ਦੇਸ਼ ਦੇ ਵਿੱਚ ਮੈਂ ਮੰਨਦਾ ਪੁਲਿਸ ਤੰਤਰ ਹੀ ਸਾਰਾ ਦੇਸ਼ ਨੂੰ ਚਲਾ ਰਹੀ ਹੈ ਅਤੇ ਲੋਕਤੰਤਰ ਨਹੀਂ ਹੈ ਸਾਡੇ ਦੇਸ਼ ਪੁਲਿਸ ਤੰਤਰ ਹੈਗਾ ਸਾਡੇ ਦੇਸ਼ ਦੇ ਵਿੱਚ ਜੋ ਇਹ ਸਾਰੀਆਂ ਇਗਜ਼ਾਮਪਲਾਂ ਆਪਾਂ ਗੱਲਾਂ ਕਰਦੇ ਪਏ ਹਾਂ ਉਦਾਹਰਨਾਂ ਨੇ ਇਹ ਸਾਰੀਆਂ ਇਹਦੀਆਂ ਉਦਾਹਰਨਾਂ ਨੇ ਪਰ ਇਹ ਮੈਂ ਇਹ ਗੱਲ ਮੰਨਦਾ ਹੈਗਾ ਵੀ ਇਹਦੇ ਜਿਹੜੇ ਨਤੀਜੇ ਨਿਕਲਣਗੇ ਉਹ ਘਾਤਕ ਨੇ ਇੱਕ ਆਮ ਇਨਸਾਨ ਲਈ ਬਹੁਤ ਘਾਤਕ ਨੇ ਨਤੀਜੇ ਜਿਹੜਾ ਨਿਆਂਪਾਲਿਕਾ 'ਤੇ ਸਾਡਾ ਵਿਸ਼ਵਾਸ ਹੈ ਉਹ ਵੀ ਟੁੱਟਦਾ ਇਸ ਦੇ ਨਾਲ ਲੋਕਾਂ ਵਿਸ਼ਵਾਸ ਟੁੱਟਿਆ ਜੀ ਮਤਲਬ ਜੋ ਜੋ ਕੁਛ ਹੋਇਆ ਹੈਗਾ ਉਹਨਾਂ ਤੁਸੀਂ ਦੇਖ ਲਓ ਲੋਕਾਂ ਦੇ ਮਨਾਂ 'ਚ ਕੀ ਗਿਆ ਲੋਕਾਂ ਦੇ ਮਨਾਂ 'ਚ ਪੈ ਗਿਆ ਚਾਹੇ ਉਹ ਗੈਂਗਸਟਰ ਸੀਗਾ ਆਮ ਦੁਨੀਆਂ ਤਾਂ ਮਰਦੀ ਪਈ ਆ ਅੱਜ ਗੈਂਗਸਟਰ ਮਰੇ ਤਾਂ ਆਮ ਬੰਦੇ ਦੀ ਆਵਾਜ਼ ਦੱਬ ਜਾਂਦੀ ਹੈ ਮੈਂ ਤਾਂ ਇਹ ਗੱਲ ਕਹਿੰਦਾ ਵੀ ਜਿਹੜੇ ਉਹਦੇ 60 ਅਪਰਾਧ ਹੋਰ ਕੀਤੇ ਸੀ ਉਹ ਕਿਹਨੇ ਕਰਾਏ ਸੀ ਉਦੋਂ ਪੁਲਿਸ ਨੇ ਸਜ਼ਾ ਕਿਉਂ ਦਿੱਤੀ ਉਹਨੂੰ ਗੱਲ ਤਾਂ ਇਹ ਆ ਵੀ ਜਿਹੜਾ ਜੁਰਮ ਉਪਜਦਾ ਹੈਗਾ ਉਹਦੀ ਜੇ ਨੀਂਹ ਰੱਖੀ ਜਾਂਦੀ ਹੈ ਉਹ ਪੁਲਿਸ ਦੀ ਮਦਦ ਨਾਲ ਰੱਖੀ ਜਾਂਦੀ ਹੈ ਬਿਨਾਂ ਪੁਲਿਸ ਦੀ ਮਦਦ ਤੋਂ ਕੋਈ ਜੋ ਬੰਦਾ ਕੋਈ ਬਾਹੂਬਲੀ ਨਹੀਂ ਬਣ ਸਕਦਾ ਹੈਗਾ ਚਾਹੇ ਕਿਸੇ ਵੀ ਸੂਬੇ ਜਾਂ ਕਿਸੇ ਵੀ ਆ ਉਹ ਚੀਜ਼ ਨੂੰ ਕਿਸੇ ਨੇ ਫੜਿਆ ਅੱਜ ਤੱਕ ਅੱਛਾ ਚਸ਼ਮਦੀਦ ਜਿਹੜੇ ਨੇ ਉਹ ਵੀ ਸਾਹਮਣੇ ਆਏ ਨੇ ਉਹ ਕਹਿ ਰਹੇ ਨੇ ਕਿ ਅਸੀਂ ਐਕਸੀਡੈਂਟ ਹੁੰਦਾ ਨਹੀਂ ਦੇਖਿਆ ਅਸੀਂ ਗੋਲੀਆਂ ਚੱਲਦੀਆਂ ਦੀ ਆਵਾਜ਼ ਜ਼ਰੂਰ ਸੁਣੀ ਹੈ ਜੀ ਚਲੋ ਉਹ ਤਾਂ ਸਭ ਨੂੰ ਪਤਾ ਝੂਠਾ ਹੈ ਇਹਦੀ ਇੰਡੀਪੈਂਡੈਂਟ ਤੁਸੀਂ ਇੰਡੀਪੈਂਡੈਂਟ ਦੀ ਇਨਕੁਆਇਰੀ ਹੋ ਜਾਏ ਸੀਬੀਆਈ ਤੋਂ ਹੋ ਜਾਏ ਇਹ ਸਾਰਾ ਸਾਹਮਣੇ ਆ ਜਾਣਾ ਕੀ ਹੈਗਾ ਇਹ ਸਾਰਾ ਕੁਝ ਸਾਹਮਣੇ ਆਇਆ ਨਾ ਸ਼ਰਿਆਮ ਹਰ ਕਿਸੇ ਨੂੰ ਪਤਾ ਹੈਗਾ ਵੀ ਫੇਕ ਇਨਕਾਊਂਟਰ ਇਹ 'ਚ ਕੋਈ ਮੈਨੂੰ ਲੁਕਾ ਛਪਾ ਨਹੀਂ ਪਰ ਇੱਥੇ ਬਹੁਤ ਸਾਰੇ ਲੋਕ ਰਾਜਦੀਪ ਜੀ ਇਸ ਗੱਲ ਨਾਲ ਵੀ ਸਹਿਮਤ ਹੈ ਕਿ ਕਿਉਂਕਿ ਕਾਨੂੰਨ ਦੇ ਵਿੱਚ ਜਿਹੜਾ ਇਹ ਇਨਸਾਫ ਦੇਰੀ ਨਾਲ ਮਿਲਦਾ ਉਹ ਕਹਿੰਦੇ ਨੇ ਕਿ ਕੁਖਿਆਤ ਜਿਹੜੇ ਇਸ ਤਰ੍ਹਾਂ ਦੇ ਗੈਂਗਸਟਰ ਹੈ ਉਹਨਾਂ ਦਾ ਹਸ਼ਰ ਇਹੀ ਹੋਣਾ ਚਾਹੀਦਾ ਇਹੀ ਥੋੜ੍ਹੀ ਆ ਯੂਪੀ 'ਚ ਤਾਂ ਕਿੰਨੇ ਸਭ ਨੂੰ ਹੀ ਮਾਰੋ ਫਿਰ ਯਾਰ ਸਾਰਿਆਂ ਨੂੰ ਮਾਰੋ ਜਿਹੜੇ ਆਮ ਲੋਕਾਂ ਨੂੰ ਮਾਰਦੇ ਪਏ ਨੇ ਇੰਨੇ ਗੈਂਗਸਟਰ ਹੋਰ ਨੇ ਉੱਥੇ ਹੋਰ ਆਪਣੇ ਜਿੰਨੇ ਆਹ ਬਾਹੂਬਲੀ ਨੇ ਉਹਨਾਂ ਨੂੰ ਮਾਰੋ ਫਿਰ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਜਾ ਰਿਹਾ ਇਹਨੂੰ ਇਸ ਲਈ ਮਾਰਿਆ ਗਿਆ ਵੀ ਪੁਲਿਸ 'ਤੇ ਅਟੈਕ ਕੀਤਾ ਨੇ ਪੁਲਿਸ 'ਤੇ ਹਮਲਾ ਕਰਨ ਤੋਂ ਉਹਨੂੰ ਨਤੀਜਾ ਦਿਖਾਇਆ ਗਿਆ ਪੁਲਿਸ ਨੇ ਤਾਂ ਆਪਣੀ ਛਵੀ ਦਿਖਾਈ ਜਿਹੜਾ ਪੰਗਾ ਲਊ ਐਂ ਟੰਗਾਂਗੇ ਬਸ ਇਹਦਾ ਮੈਸੇਜ ਸਿੱਧਾ ਇਹ ਜਾ ਰਿਹਾ ਹੈਗਾ ਸਾਨੂੰ ਤੂੰ ਹੱਥ ਕਿਵੇਂ ਪਾਇਆ ਹੈਗਾ ਜਨਤਾ ਨੂੰ ਪਾਨਾ ਪਾਈ ਆ ਉਹ ਮਰਦੇ ਸਾਨੂੰ ਕੀ ਮਤਲਬ ਸਾਨੂੰ ਕੁਛ ਨਹੀਂ ਕਹਿਣਾ ਡਬਲ ਸਟੈਂਡਰਡ ਹੋ ਗਿਆ ਨਾ ਤਾਂ ਫਿਰ ਕਾਨੂੰਨ ਹੈ ਹੀ ਨਹੀਂ ਕਦੇ ਦੇਖੋ ਕੌਣ ਲਾ ਕਹਿ ਦੂ ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਹੈਗਾ ਜੀ ਕਿਸੇ ਨੂੰ ਕੋਈ ਕਿਵੇਂ ਮਕਰ ਰਿਹਾ ਇੰਨੇ ਮੁਕੱਦਮੇ ਕਿਸੇ ਦੇ ਬਾਲ ਲਾ ਕੇ ਲੈ ਕਿਸੇ ਦੇ ਸਿਰ ਵੱਢ ਕੇ ਲੈ ਕੇ ਕੀ ਕੁਛ ਨਹੀਂ ਕੀਤਾ ਉਹਨੇ ਉਦੋਂ ਕਾਨੂੰਨ ਨਹੀਂ ਦਿਖਦਾ ਪਿਆ ਸੀ ਉਦੋਂ ਦਿਖਦਾ ਪੁਲਿਸ ਨੂੰ ਵੀ ਆਹ ਕੁਛ ਹੋ ਰਿਹਾ ਹੈਗਾ ਇਨਾਮੀ ਗੈਂਗਸਟਰ ਹੈ 5 ਲੱਖ ਦਾ ਇਨਾਮ ਕਿਉਂ ਨਹੀਂ ਪਹਿਲਾਂ ਫੜਿਆ ਗਿਆ ਜਦੋਂ ਪੁਲਿਸ ਉੱਤੇ ਅਟੈਕ ਹੋਇਆ ਉਦੋਂ ਕਿਉਂ ਫੜਿਆ ਗਿਆ ਇਹ ਮੈਂ ਇੱਕ ਗੱਲ ਮੰਨ ਸਾਡੇ ਦੇਸ਼ 'ਚ ਇਹੋ ਜਿਹੀ ਘਟਨਾ ਹੁੰਦੀ ਹੈ ਸਾਡੇ ਦੇਸ਼ ਦੀ ਬਦਕਿਸਮਤੀ ਹੈ ਮੈਂ ਕਹਿੰਦਾ ਸਾਡੀ ਜਨਤਾ ਲਈ ਸਾਡੀ ਆਵਾਮ ਲਈ ਇਹ ਕੋਈ ਬਹੁਤ ਸੁੱਖ ਸੁਨੇਹਾ ਨਹੀਂ ਸਾਡੇ ਲਈ ਉਹਨੂੰ ਮਾਰਤਾ ਜੀ ਉਹਨੂੰ ਮਾਰਤਾ ਇੱਕ ਦਿਨ ਅਸੀਂ ਵੀ ਮਰਨਾ ਇਹਦੀ ਸਾਡੇ ਆਮ ਲੋਕਾਂ ਨੇ ਮਰਨਾ ਹੈ ਜਦ ਲੋਕਾਂ ਨੂੰ ਕਾਨੂੰਨ ਪ੍ਰਣਾਲੀ ਦਾ ਡਰ ਹੀ ਨਹੀਂ ਰਹੂਗਾ ਨਿਆਂ ਪ੍ਰਣਾਲੀ ਦਾ ਕਿਸੇ ਦਾ ਉੱਪਰ ਡਰ ਹੀ ਨਹੀਂ ਹੋਊਗਾ ਤਾਂ ਵਿਸ਼ਵਾਸ ਹੀ ਨਹੀਂ ਹੋਊ ਲੋਕਾਂ ਨਿਆਂ ਪ੍ਰਣਾਲੀ 'ਤੇ ਅਤੇ ਪੁਲਿਸ ਵਿਸ਼ਵਾਸ ਨਹੀਂ ਕਰ ਰਹੀ ਪੁਲਿਸ ਨੇ ਤਾਂ ਉਹਨੂੰ ਅਰੈਸਟ ਨਹੀਂ ਕੀਤਾ ਵੀ ਕੌਣ ਸੰਭੂਗਾ ਜੀ ਗੱਲ ਤਾਂ ਸਾਡਾ ਲੀਗਲ ਸਿਸਟਮ ਆਇਆ ਸਾਡਾ ਕਾਨੂੰਨ ਦੀ ਵਿਵਸਥਾ ਹੈਗੀ ਦੇਸ਼ ਦੀ ਉਹਦੇ ਉੱਪਰ ਕੁਐਸਚਨ ਮਾਰਕ ਬਹੁਤ ਵੱਡਾ ਹੈ ਮੈਂ ਇੱਕ ਚੀਜ਼ ਮੰਨਦਾ ਹੈਗਾ ਇਹਨਾਂ ਲੋਕਾਂ ਦਾ ਵਿਸ਼ਵਾਸ ਟੁੱਟਿਆ ਲੋਕ ਕਹਿਣਾ ਚੰਗਾ ਹੋਇਆ ਮੈਂ ਕਹਿੰਦਾ ਚੰਗਾ ਹੋਇਆ ਕੋਈ ਗੱਲ ਨਹੀਂ ਪਰ ਇੱਕ ਆਪ ਇਨਸਾਨ ਜਦੋਂ ਇਸ ਤਰ੍ਹਾਂ ਹੋਊਗਾ ਫਿਰ ਉਹਦੀ ਆਵਾਜ਼ ਕੌਣ ਉਠਾਊਗਾ ਬਿਲਕੁਲ ਬਿਲਕੁਲ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਕਚਹਿਰੀਆਂ 'ਚ ਅਦਾਲਤਾਂ ਦੇ ਵਿੱਚ ਮਤਲਬ ਇਨਸਾਫ ਮੰਗਦੇ ਲੋਕ ਬੁਢਾਪੇ ਤੱਕ ਪਹੁੰਚ ਜਾਂਦੇ ਨੇ ਅਤੇ ਇਹ ਹੋਣਾ ਨਹੀਂ ਚਾਹੀਦਾ ਫਿਰ ਇਹਦੇ ਵਿੱਚ ਕੁਝ ਨਾ ਕੁਝ ਸੁਧਾਰ ਹੋਣੇ ਚਾਹੀਦੇ ਨੇ ਤਾਂ ਜੋ ਨਿਆਂਪਾਲਿਕਾ 'ਤੇ ਸਾਡਾ ਜਿਹੜਾ ਵਿਸ਼ਵਾਸ ਆ ਉਹ ਬਣਿਆ ਰਹੇ ਸਭ ਤੋਂ ਪਹਿਲਾਂ ਸਾਨੂੰ ਪੁਲਿਸ ਦੀ ਛਵੀ ਸੁਧਾਰਨ ਦੀ ਲੋੜ ਆ ਇਹਨਾਂ ਉੱਪਰ ਵੀ ਕੰਟਰੋਲ ਚਾਹੀਦਾ ਇਹ ਥੋੜ੍ਹੀ ਜੋ ਜੀ ਕਰਦਾ ਉਹ ਲਿਖਦੇ ਨੇ ਜੋ ਜੀ ਕਰਦਾ ਨਹੀਂ ਸਾਨੂੰ ਨਿਆਂ ਜਿੱਥੇ ਜੁਡੀਸ਼ਲ ਸਿਸਟਮ ਆ ਦਰੁਸਤ ਕਰਨ ਦੀ ਲੋੜ ਆ ਇਹ 'ਚ ਸਭ
ਨਿਊਜ਼ੀ ਸਿਸਟਮ ਦੇ ਵਿੱਚ ਸਾਡੇ ਦੇ ਵਿੱਚ ਤਾਂ ਜੋ ਇਹ ਵੀ ਜਵਾਬ ਦੇ ਹੋਣ ਇਹਨਾਂ ਕੋਲ ਇੰਨੀ ਤਾਕਤ ਹੈ ਇੰਨੀ ਤਾਕਤ ਲੋਕਾਂ ਪਰ ਯੂਜ਼ ਕਰਦੇ ਨੇ ਅਤੇ ਉਹ ਲੋਕ ਤੁਹਾਨੂੰ ਡਰਦੇ ਨੇ ਦੇਸ਼ ਦੇ ਵਿੱਚ ਪੁਲਿਸ ਤੋਂ ਡਰਦੇ ਪੁਲਿਸ ਬਣਾਈ ਗਈ ਲੋਕਾਂ ਦੀ ਰੱਖਿਆ ਲਈ ਅਤੇ ਸਾਡੇ ਦੇਸ਼ ਦੇ ਲੋਕ ਜਿਹਨੂੰ ਮਰਜ਼ੀ ਪੁੱਛ ਲਓ ਪੁਲਿਸ ਤੋਂ ਡਰਦਾ ਦੇਖ ਬਿਲਕੁਲ ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ ਜਿਸ ਢੰਗ ਦੇ ਨਾਲ ਇਹ ਸਭ ਕੁਝ ਇਹ ਘਟਨਾਕ੍ਰਮ ਹੋਇਆ ਉਸ 'ਤੇ ਸਵਾਲ ਉੱਠ ਰਹੇ ਨੇ ਕਿਉਂਕਿ ਸਵਾਲ ਇਸ ਕਰਕੇ ਉੱਠ ਰਹੇ ਨੇ ਕਿ ਕਾਨੂੰਨ ਦਾ ਜੋ ਰਾਜ ਹੁੰਦਾ ਜੋ ਲਾਅ ਆਫ ਲੈਂਡ ਹੁੰਦਾ ਉਹ ਲਾਗੂ ਹੋਣਾ ਚਾਹੀਦਾ ਹੈ ਪਰ ਇੱਥੇ ਜਿਹੜਾ ਕਾਨੂੰਨ ਦਾ ਰਾਜ ਆ ਉਹ ਲਾਗੂ ਨਹੀਂ ਹੋਇਆ ਲੋਕਤੰਤਰ ਦੇ ਵਿੱਚ ਜਿਹੜਾ ਫੋਰਥ ਪਿੱਲਰ ਡੈਮੋਕ੍ਰੇਸੀ ਦੇ ਵਿੱਚ ਅਸੀਂ ਨਿਆਂਪਾਲਿਕਾ ਨੂੰ ਵੀ ਮੰਨਦੇ ਹਾਂ ਉੱਥੇ ਤੱਕ ਗੱਲ ਪਹੁੰਚੀ ਨਹੀਂ ਹੈਗੀ ਕਿਉਂਕਿ ਸਭ ਨੂੰ ਇਹ ਲੱਗਦਾ ਹੈ ਕਿ ਅਦਾਲਤਾਂ ਦੇ ਵਿੱਚ ਇਨਸਾਫ ਲੈਂਦੇ ਲੈਂਦੇ ਬਹੁਤ ਦੇਰ ਹੋ ਜਾਂਦੀ ਹੈ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਸੁਰਜੀਤ ਪਾਤਰ ਹੋਰਾਂ ਨੇ ਵੀ ਲਿਖਿਆ ਕਿ ਇੰਨਾ ਸਮਾਂ ਲੱਗ ਜਾਂਦਾ ਸੋ ਸਾਡੇ ਦੇਸ਼ ਦੇ ਵਿੱਚ ਸੁਧਾਰਾਂ ਦੀ ਬਹੁਤ ਵੱਡੀ ਲੋੜ ਹੈਗੀ ਹੈ ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ ਸਾਨੂੰ ਦਿਓ ਇਜਾਜ਼ਤ ਧੰਨਵਾਦ